ਕੇਂਦਰ ਸਰਕਾਰ ਦੇ ਵੱਲੋਂ ਹਾਲ ਹੀ ਦੇ ਵਿੱਚ ਹਿੱਟ ਐਂਡ ਰਨ ਕਾਨੂੰਨ ਪਾਸ ਕੀਤਾ ਗਿਆ, ਜਿਸ ਤੇ ਰਾਸ਼ਟਰਪਤੀ ਦੀ ਵੀ ਮੋਹਰ ਲੱਗ ਗਈ। ਆਖਿਰ ਕੀ ਹੈ ਹਿੱਟ ਐਂਡ ਰਨ ਕਾਨੂੰਨ ਤੇ ਕਿਉਂ ਇਸ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ? ਦਰਅਸਲ ਟਰੱਕ ਡਰਾਈਵਰ, ਬੱਸ ਡਰਾਈਵਰ, ਟੈਕਸੀ ਡਰਾਈਵਰ ਇਸ ਦਾ ਵਿਰੋਧ ਕਰ ਰਹੇ ਨੇ। ਹਿੱਟ ਐਂਡ ਰਨ, ਹਿੱਟ ਐਂਡ ਰਨ ਦਾ ਮਤਲਬ ਕੀ ਹੈ ਕਿ ਹਾਦਸੇ ਤੋਂ ਬਾਅਦ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਜਾਣਾ, ਤੇ ਇਸ ਦੇ ਕਾਰਨ ਦੇਸ਼ ਦੇ ਵਿੱਚ ਇੱਕ ਸਾਲ ਦੇ ਵਿੱਚ ਕਰੀਬ 50,000 ਲੋਕਾਂ ਦੀ ਜਾਨ ਚਲੇ ਜਾਂਦੀ ਹੈ, ਅਤੇ ਇਸੇ ਕਰਕੇ ਹਿੱਟ ਐਂਡ ਰਨ ਕਾਨੂੰਨ ਨੂੰ ਹੋਰ ਸਖਤ ਕੀਤਾ ਗਿਆ। ਪਹਿਲਾਂ ਇਸ ਦੇ ਵਿੱਚ 2 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਸੀ, ਵਿਵਸਥਾ ਸੀ, ਪ੍ਰੋਵੀਜ਼ਨ ਸੀ, ਜਿਸ ਤੋਂ ਬਾਅਦ ਹੁਣ ਇਸ ਦੇ ਵਿੱਚ 7 ਤੋਂ 10 ਸਾਲ ਦੀ ਸਜ਼ਾ ਦੀ ਪ੍ਰੋਵੀਜ਼ਨ ਹੈ। ਭਾਵ ਕਿ ਜੇਕਰ ਕੋਈ ਵਿਅਕਤੀ, ਗੱਡੀ ਚਾਲਕ ਕਿਸੇ ਨਾਲ ਹਾਦਸਾ ਕਰਕੇ ਫਰਾਰ ਹੋ ਜਾਂਦਾ ਹੈ, ਟੱਕਰ ਮਾਰ ਕੇ ਫਰਾਰ ਹੋ ਜਾਂਦਾ ਹੈ, ਤਾਂ ਉਸ ਨੂੰ 7 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਹੋ ਸਕਦਾ ਹੈ। ਪਰ ਜੇਕਰ ਉਸੇ ਹਾਦਸੇ ਦੇ ਵਿੱਚ ਕਿਸੇ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ ਤੇ ਡਰਾਈਵਰ ਗੱਡੀ ਲੈ ਕੇ ਫਰਾਰ ਹੋ ਜਾਂਦਾ ਹੈ, ਤਾਂ ਫਿਰ ਸਜ਼ਾ 10 ਸਾਲ ਦੀ ਹੋ ਸਕਦੀ ਹੈ। ਤਾਂ ਜੇਕਰ ਕੋਈ ਡਰਾਈਵਰ ਜ਼ਖਮੀ ਨੂੰ ਹਸਪੀਟਲ ਪਹੁੰਚਾਉਣ ਦੀ ਬਜਾਏ ਉੱਥੋਂ ਫਰਾਰ ਹੁੰਦਾ ਹੈ, ਹਿੱਟ ਐਂਡ ਰਨ ਕੇਸ ਦੇ ਤਹਿਤ, ਕਾਨੂੰਨ ਦੇ ਤਹਿਤ ਉਸ ਨੂੰ 10 ਸਾਲ ਦੀ ਸਜ਼ਾ ਹੋਵੇਗੀ, ਜੁਰਮਾਨਾ ਵੀ ਹੋ ਸਕਦਾ ਹੈ। ਅਤੇ ਜੇਕਰ ਉਸ ਹਾਦਸੇ ਦੇ ਵਿੱਚ ਮੌਤ ਨਹੀਂ ਹੁੰਦੀ ਤੇ ਜਿਹੜਾ ਵਿਅਕਤੀ ਹੈ ਕੋਈ ਵੀ ਉਹ ਜ਼ਖਮੀ ਹੁੰਦਾ ਹੈ, ਤਾਂ ਫਿਰ ਇਸ ਦੇ ਵਿੱਚ ਸਜ਼ਾ ਦੀ ਪ੍ਰੋਵੀਜ਼ਨ 7 ਸਾਲ ਹੈ। ਜਦਕਿ ਇਸ ਤੋਂ ਪਹਿਲਾਂ ਕੀ ਸੀ, ਹਿੱਟ ਐਂਡ ਰਨ ਕਾਨੂੰਨ ਦੇ ਵਿੱਚ 2 ਸਾਲ ਦੀ ਸਜ਼ਾ ਦੀ ਪ੍ਰੋਵੀਜ਼ਨ ਸੀ, ਜਿਸ ਨੂੰ ਵਧਾ ਕੇ 7 ਤੋਂ 10 ਸਾਲ ਕਰ ਦਿੱਤਾ ਗਿਆ। ਸੈਕਸ਼ਨ 104A 104B ਦੇ ਵਿੱਚ ਇਸ ਦਾ ਜ਼ਿਕਰ ਹੈ। ਤਾਂ ਵੱਡੇ ਪੱਧਰ ਤੇ ਇਸ ਦਾ ਵਿਰੋਧ ਹੋ ਰਿਹਾ ਹੈ, ਡਰਾਈਵਰਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਹਾਦਸੇ ਵੇਲੇ ਹਾਦਸੇ ਵਾਲੀ ਥਾਂ ਤੇ ਰੁਕਦੇ ਨੇ ਤਾਂ ਭੀੜ ਉਹਨਾਂ ਨੂੰ ਕੁੱਟ ਕੁੱਟ ਕੇ ਮਾਰ ਦੇਵੇਗੀ। ਤਾਂ ਇਸੇ ਕਰਕੇ ਆਪਣੇ ਬਚਾਅ ਕਾਰਨ ਉਹ ਜ਼ਿਆਦਾਤਰ ਹਾਦਸੇ ਵਾਲੀ ਥਾਂ ਤੋਂ ਪਰੇ ਹੋ ਜਾਂਦੇ ਨੇ। ਪਰ ਦੂਜੇ ਪਾਸੇ ਸਰਕਾਰ ਦਾ ਤਰਕ ਇਹ ਹੈ ਕਿ ਬਹੁਤ ਸਾਰੇ ਡਰਾਈਵਰ ਹਾਦਸੇ ਤੋਂ ਬਾਅਦ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ, ਜ਼ਖਮੀ ਨੂੰ ਹਸਪੀਟਲ ਨਹੀਂ ਪਹੁੰਚਾਉਂਦੇ, ਇਸ ਕਰਕੇ ਦੇਸ਼ ਭਰ ਦੇ ਵਿੱਚ 1 ਸਾਲ ਦੇ ਵਿੱਚ 50,000 ਲੋਕਾਂ ਦੀ ਜਾਨ ਚਲੇ ਜਾਂਦੀ ਹੈ। ਅਤੇ ਇਸੇ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ, ਤਾਂ ਜੋ ਹਾਦਸੇ ਤੋਂ ਬਾਅਦ ਕੋਈ ਗੱਡੀ ਵਾਲਾ ਗੱਡੀ ਲੈ ਕੇ ਫਰਾਰ ਨਾ ਹੋਵੇ, ਜ਼ਖਮੀ ਨੂੰ ਹਸਪੀਟਲ ਪਹੁੰਚਾਵੇ, ਪੁਲਿਸ ਨੂੰ ਸੂਚਿਤ ਕਰੇ, ਇਸ ਕਰਕੇ ਇਸ ਕਾਨੂੰਨ ਨੂੰ ਹੋਰ ਸਖਤ ਕੀਤਾ ਗਿਆ ਹੈ। ਤਾਂ ਹਿੱਟ ਐਂਡ ਰਨ ਜਿਹੜਾ ਨਵਾਂ ਕਾਨੂੰਨ ਹੈ, ਇਸ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ। ਉੱਤਰ ਭਾਰਤ ਦੇ ਵਿੱਚ ਡਰਾਈਵਰ ਜਿਹੜੇ ਨੇ ਉਹ ਸਟ੍ਰਾਈਕ ਤੇ ਚਲੇ ਗਏ ਨੇ, ਜਿਸ ਨਾਲ ਆਮ ਜਨਜੀਵਨ ਤੇ ਵੱਡਾ ਅਸਰ ਪਿਆ। ਪੈਟਰੋਲ ਪੰਪਸ ਤੇ ਪੈਟਰੋਲ ਡੀਜ਼ਲ ਖਤਮ ਹੋ ਰਿਹਾ ਹੈ, ਲੋਕ ਲੰਮੀਆਂ ਲੰਮੀਆਂ ਕਤਾਰਾਂ ਲਾ ਕੇ ਪੈਟਰੋਲ ਡੀਜ਼ਲ ਭਰਵਾਉਣ ਦੇ ਲਈ ਖੜੇ ਨੇ ਪੈਟਰੋਲ ਪੰਪਸ ਤੇ। ਤੇ ਨਾਲ ਹੀ ਇਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਟ੍ਰਾਈਕ ਰਹਿੰਦੀ ਹੈ ਤਾਂ ਸਾਰੀਆਂ ਚੀਜ਼ਾਂ ਤੇ ਅਸਰ ਵਧੇਗਾ, ਮਹਿੰਗਾਈ ਵੱਧ ਸਕਦੀ ਹੈ, ਕਿਉਂਕਿ ਪੂਰਾ ਢੋਆ ਢੁਆਈ ਦਾ ਜਿਹੜਾ ਕੰਮ ਹੈ ਉਹ ਟਰੱਕ ਡਰਾਈਵਰਾਂ ਤੇ ਨਿਰਭਰ ਹੈ। ਹਾਲਾਂਕਿ ਇਹ ਕਾਨੂੰਨ ਸਭ ਤੇ ਲਾਗੂ ਹੋਵੇਗਾ, ਜੇਕਰ ਕੋਈ ਵੀ ਹਾਦਸੇ ਤੋਂ ਬਾਅਦ ਗੱਡੀ ਲੈ ਕੇ ਫਰਾਰ ਹੁੰਦਾ ਏ, ਤਾਂ ਜੇਕਰ ਉਸ ਹਾਦਸੇ ਦੇ ਵਿੱਚ ਕੋਈ ਵਿਅਕਤੀ ਜ਼ਖਮੀ ਹੁੰਦਾ ਏ, ਤਾਂ ਫਿਰ ਡਰਾਈਵਰ ਨੂੰ 7 ਸਾਲ ਦੀ ਸਜ਼ਾ ਦੇ ਨਾਲ ਜੁਰਮਾਨਾ ਹੋਵੇਗਾ। ਜੇਕਰ ਉਸ ਹਾਦਸੇ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ, ਤਾਂ ਫਿਰ 10 ਸਾਲ ਦੀ ਸਜ਼ਾ ਤੇ ਜੁਰਮਾਨਾ ਹੋਵੇਗਾ। ਹਾਲਾਂਕਿ ਸਾਰੀਆਂ ਚੀਜ਼ਾਂ ਅਦਾਲਤ 'ਤੇ ਨਿਰਭਰ ਕਰਨਗੀਆਂ ਕਿ ਕਿਸ ਦੀ ਗਲਤੀ ਸੀ, ਕਿਸ ਕਾਰਨ ਹਾਦਸਾ ਹੋਇਆ, ਪਰ ਹਾਦਸੇ ਤੋਂ ਬਾਅਦ ਭੱਜਣਾ ਨਹੀਂ ਹੈ, ਫਰਾਰ ਨਹੀਂ ਹੋਣਾ, ਇਸੇ ਕਰਕੇ ਇਸ ਕਾਨੂੰਨ ਨੂੰ ਸਖਤ ਕੀਤਾ ਗਿਆ। ਤਾਂ ਸੈਕਸ਼ਨ 104A 104B ਦੇ ਵਿੱਚ ਇਸ ਦਾ ਜ਼ਿਕਰ ਹੈ। ਤੇ ਨਵੇਂ ਕਾਨੂੰਨ ਦੇ ਤਹਿਤ ਹੁਣ ਜੇਕਰ ਕੋਈ ਐਕਸੀਡੈਂਟ ਤੋਂ ਬਾਅਦ ਫਰਾਰ ਹੋਵੇਗਾ ਤਾਂ ਉਸ 'ਤੇ ਸਖਤ ਐਕਸ਼ਨ ਹੋਵੇਗਾ। ਜਦਕਿ ਇਸ ਤੋਂ ਪਹਿਲਾਂ ਜਿਹੜਾ ਹਿੱਟ ਐਂਡ ਰਨ ਸੀ ਉਸ ਦੇ ਵਿੱਚ ਸਿਰਫ 2 ਸਾਲ ਦੀ ਸਜ਼ਾ ਦੀ ਪ੍ਰੋਵੀਜ਼ਨ ਸੀ,
ਤੇ ਉਸ ਦੇ ਵਿੱਚ ਡਰਾਈਵਰ ਨੂੰ ਜ਼ਮਾਨਤ ਵੀ ਜਲਦੀ ਮਿਲ ਜਾਂਦੀ ਸੀ, ਪਰ ਹੁਣ ਇਹ ਸਜ਼ਾ ਹੋਰ ਕੜੀ ਕਰ ਦਿੱਤੀ ਗਈ ਹੈ, ਹੋਰ ਸਖਤ ਕਰ ਦਿੱਤੀ ਗਈ ਹੈ। 2 ਸਾਲ ਤੋਂ ਵਧਾ ਕੇ 7 ਸਾਲ ਤੋਂ 10 ਸਾਲ ਕਰ ਦਿੱਤੀ ਗਈ ਹੈ। ਦੁਬਾਰਾ ਦੱਸ ਦਿੰਦੇ ਹਾਂ ਕਿ ਜੇਕਰ ਗੱਡੀ ਚਾਲਕ ਜਾਂ ਡਰਾਈਵਰ ਮੌਕੇ ਤੋਂ ਫਰਾਰ ਹੁੰਦਾ ਹੈ ਜ਼ਖਮੀ ਨੂੰ ਛੱਡ ਕੇ, ਤਾਂ 7 ਸਾਲ ਦੀ ਸਜ਼ਾ ਦੀ ਪ੍ਰੋਵੀਜ਼ਨ ਹੈ, ਅਤੇ ਜੇਕਰ ਉਸ ਦੇ ਵਿੱਚ ਵਿਅਕਤੀ ਦੀ ਕਿਸੇ ਦੀ ਹਾਦਸੇ ਦੇ ਵਿੱਚ ਮੌਤ ਹੁੰਦੀ ਹੈ ਅਤੇ ਗੱਡੀ ਚਾਲਕ ਜਾਂ ਡਰਾਈਵਰ ਜਿਹੜਾ ਮੌਕੇ ਤੋਂ ਫਰਾਰ ਹੁੰਦਾ, ਫਿਰ ਸਜ਼ਾ 10 ਸਾਲ ਦੀ, ਜੁਰਮਾਨਾ ਵੀ ਹੋਵੇਗਾ। ਤਾਂ ਡਰਾਈਵਰ ਕਹਿ ਰਹੇ ਨੇ ਕਿ ਸਾਡੀ ਤਾਂ ਤਨਖਾਹ ਹੀ 15 ਤੋਂ 20 ਹਜ਼ਾਰ ਹੈ, ਜੇ ਸਾਡੇ 'ਤੇ 7 ਲੱਖ ਦਾ ਜੁਰਮਾਨਾ ਲੱਗ ਗਿਆ ਜਾਂ 10 ਸਾਲ ਦੀ ਸਜ਼ਾ ਹੋ ਗਈ ਤਾਂ ਫਿਰ ਸਾਡੀ ਤਾਂ ਜ਼ਿੰਦਗੀ ਜਿਹੜੀ ਆ ਉਹ ਪੂਰੀ ਬਰਬਾਦ ਹੋ ਜਾਵੇਗੀ, ਕਿਉਂਕਿ ਹਾਦਸਾ ਜਿਹੜਾ ਹੈ ਉਹ ਕੋਈ ਵੀ ਜਾਣ ਬੁੱਝ ਕੇ ਨਹੀਂ ਕਰਦਾ। ਹਾਦਸੇ ਦਾ ਕਾਰਨ ਕੋਈ ਵੀ ਹੋ ਸਕਦਾ, ਕਿਸੇ ਦੀ ਵੀ ਗਲਤੀ ਹੋ ਸਕਦੀ ਹੈ। ਜ਼ਰੂਰੀ ਨਹੀਂ ਹੈ ਕਿ ਜਿਹੜਾ ਟਰੱਕ ਡਰਾਈਵਰ ਹੈ ਜਾਂ ਬੱਸ ਡਰਾਈਵਰ ਹੈ ਜਾਂ ਟੈਕਸੀ ਚਾਲਕ ਹੈ ਉਸ ਦੀ ਹੀ ਗਲਤੀ ਹੋਵੇਗੀ, ਗਲਤੀ 2 ਪਹੀਆ ਵਾਹਨ ਵਾਲੇ ਦੀ ਵੀ ਹੋ ਸਕਦੀ ਹੈ ਅਤੇ ਵੱਡੀ ਗੱਡੀ ਵਾਲੇ ਦੀ ਵੀ ਹੋ ਸਕਦੀ ਹੈ। ਤਾਂ ਇਸ ਦੇ ਵਿੱਚ ਜਿਹੜਾ ਇਸ ਕਾਨੂੰਨ ਨੂੰ ਹੁਣ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਕੇਂਦਰ ਸਰਕਾਰ ਕਾਨੂੰਨ ਬਣਾ ਚੁੱਕੀ ਹੈ, ਰਾਸ਼ਟਰਪਤੀ ਵੱਲੋਂ ਮੋਹਰ ਲੱਗ ਚੁੱਕੀ ਹੈ ਅਤੇ ਕਾਨੂੰਨ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਲਾਗੂ ਹੋ ਜਾਵੇਗਾ, ਜਿਸ ਦਾ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ। ਸਟ੍ਰਾਈਕ ਕੀਤੀ ਗਈ ਹੈ, ਹੜਤਾਲ 'ਤੇ ਨੇ ਡਰਾਈਵਰ। ਦੇਖਣਾ ਹੋਏਗਾ ਕੇਂਦਰ ਸਰਕਾਰ ਦਾ ਇਸ 'ਤੇ ਕੀ ਰੁੱਖ ਰਹਿੰਦਾ ਹੈ, ਪਰ ਡਰਾਈਵਰਾਂ ਦਾ ਕਹਿਣਾ ਹੈ ਕਿ ਬਹੁਤ ਸਖਤ ਕਾਨੂੰਨ ਹੈ ਅਤੇ ਜੇਕਰ ਅਜਿਹਾ ਹੋਵੇਗਾ ਤਾਂ ਉਹਨਾਂ ਦਾ ਵੱਡਾ ਨੁਕਸਾਨ ਹੋਵੇਗਾ। ਦੂਜੇ ਪਾਸੇ ਉਹਨਾਂ ਦਾ ਤਰਕ ਇਹ ਵੀ ਹੈ ਕਿ ਜੇਕਰ ਉਹ ਹਾਦਸੇ ਵੇਲੇ ਹਾਦਸੇ ਵਾਲੀ ਥਾਂ 'ਤੇ ਰੁਕਦੇ ਨੇ ਤਾਂ ਹਾਦਸੇ ਤੋਂ ਬਾਅਦ ਉੱਥੇ ਜਮ੍ਹਾਂ ਹੋਈ ਭੀੜ ਉਹਨਾਂ ਨੂੰ ਕੁੱਟ ਕੁੱਟ ਕੇ ਹੀ ਮਾਰ ਦੇਵੇਗੀ। ਤੁਸੀਂ ਵੀ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਵੀ ਕੋਈ ਹਾਦਸਾ ਹੁੰਦਾ ਹੈ ਬੱਸ ਵਾਲਾ ਡਰਾਈਵਰ ਜਾਂ ਟਰੱਕ ਵਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਜੇਕਰ ਉੱਥੇ ਜਿਹੜੀ ਭੀੜ ਹੈ ਮੌਜੂਦ ਉਹ ਰੋਸ ਦੇ ਵਿੱਚ ਹੈ, ਗੁੱਸੇ ਦੇ ਵਿੱਚ ਹੈ, ਤਾਂ ਉਹਨਾਂ ਨੂੰ ਕੁੱਟੇਗੀ। ਤਾਂ ਇਸ ਕਰਕੇ ਜਿਹੜੇ ਡਰਾਈਵਰ ਨੇ ਉਹ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਨੇ। ਹਾਲਾਂਕਿ ਦੇਖਣਾ ਹੋਏਗਾ ਕਿ ਇਸ ਦੇ ਵਿੱਚ ਹੁਣ ਕੇਂਦਰ ਸਰਕਾਰ ਦਾ ਕੀ ਰੁੱਖ ਰਹਿੰਦਾ ਹੈ, ਪਰ ਇਸ ਹੜਤਾਲ ਦੇ ਨਾਲ ਵੱਡੇ ਪੱਧਰ 'ਤੇ ਜਿਹੜਾ ਜਨਜੀਵਨ ਆ ਉਹ ਜ਼ਰੂਰ ਪ੍ਰਭਾਵਿਤ ਹੋ ਰਿਹਾ, ਚਾਹੇ ਪੈਟਰੋਲ ਡੀਜ਼ਲ ਦੀ ਗੱਲ ਹੋਵੇ, ਪੈਟਰੋਲ ਪੰਪਸ 'ਤੇ ਖਤਮ ਹੋ ਰਿਹਾ, ਚਾਹੇ ਸਬਜ਼ੀਆਂ ਦੀ ਗੱਲ ਹੋਵੇ, ਹੋਰ ਢੋਆ ਢੁਆਈ ਦੀ ਗੱਲ ਹੋਵੇ, ਮਾਲ ਦੀ ਗੱਲ ਹੋਵੇ, ਕਿਉਂਕਿ ਦੇਸ਼ ਦਾ ਜਿਹੜਾ ਵਪਾਰ ਹੈ, ਕਾਰੋਬਾਰ ਹੈ, ਉਹ ਨਿਰਭਰ ਹੈ ਢੋਆ ਢੁਆਈ 'ਤੇ, ਟਰਾਂਸਪੋਰਟੇਸ਼ਨ 'ਤੇ। ਅਤੇ ਹੁਣ ਇਸ ਕਾਨੂੰਨ ਦੇ ਨਾਲ ਜਿਹੜਾ ਡਰਾਈਵਰ ਨੇ ਉਹਨਾਂ 'ਤੇ ਵੱਡਾ ਅਸਰ ਪਵੇਗਾ। ਦੇਖਣਾ ਹੋਏਗਾ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਹੁੰਦਾ ਹੈ, ਕੇਂਦਰ ਸਰਕਾਰ ਕੀ ਰੁੱਖ ਅਪਣਾਉਂਦੀ ਹੈ। ਪਰ ਹਿੱਟ ਐਂਡ ਰਨ ਕਾਨੂੰਨ ਹੈ ਜਿਹੜਾ ਉਹ ਬਹੁਤ ਸਖਤ ਕਰ ਦਿੱਤਾ ਗਿਆ, ਜਿਸ ਦੇ ਵਿੱਚ 10 ਸਾਲ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਾਨੂੰਨ ਸਹੀ ਹੈ, ਕਿ ਇਹ ਕਾਨੂੰਨ ਇੰਪਲੀਮੈਂਟ ਹੋਣਾ ਚਾਹੀਦਾ ਹੈ, ਇਸ ਦੇ ਨਾਲ ਫਾਇਦਾ ਹੋਏਗਾ, ਜਿਹੜੇ ਜ਼ਖਮੀ ਨੇ ਉਹਨਾਂ ਦੀ ਜਾਨ ਬਚ ਸਕਦੀ ਹੈ, ਉਹਨਾਂ ਨੂੰ ਹਸਪੀਟਲ ਪਹੁੰਚਾਇਆ ਜਾ ਸਕੇਗਾ? ਜ਼ਰੂਰ ਕਮੈਂਟ ਕਰਕੇ ਦੱਸਿਓ।